ਅਸੀਂ ਚਾਹ ਬਣਾਉਂਦੇ ਹਾਂ ਜਿਹੜਾ ਸਾਡਾ ਪਾਣੀ ਹੈ ਚਲ ਇਸਤੇਮਾਲ ਕਰਨਾ ਇਹਦੇ ਅਸੀਂ ਗੰਗਾ ਜਲ ਗੁਲਾਬ ਤੁਲਸੀ ਅਤੇ ਹੋਰ ਜਿਹੜੀਆਂ ਚੀਜ਼ਾਂ ਆਪਾਂ ਪਾ ਕੇ ਫਿਰ ਬਣਾਉਂਦੇ ਹਾਂ। ਤੁਸੀਂ ਵੀ ਚਾਹਾਂ ਬਣਾਈ ਦੀਆਂ ਇੱਕ ਨੋਰਮਲ ਚਾਹ ਜਿਹੜੀ ਆਮ ਚਾਹ ਉਹ 20 ਰੁਪਏ ਕੱਪ ਹੈ, ਉਹਦੇ ਬਾਅਦ ਦੁੱਧ ਵਾਲੀ ਚਾਹ, ਉਸ ਤੋਂ ਬਾਅਦ ਬਦਾਮ ਵਾਲੀ ਅਤੇ ਤੜਕੇ ਵਾਲੀ ਅਤੇ ਕਾਜੂ ਅੰਜੀਰ ਵਾਲੀ, ਤਿੰਨ ਕਿਸਮ ਦੀ ਸਪੈਸ਼ਲ ਚਾਹ। ਬੜੀ ਚਾਹਾਂ ਅੰਮ੍ਰਿਤਸਰ ਪੀਤੀਆਂ ਪਰ ਇਹਨਾਂ ਨਾਲ ਦੀ ਜਾਗ ਹੋਈ। ਲੋਕਾਂ ਨੂੰ ਇੱਕੋ ਤਰ੍ਹਾਂ ਦੀ ਚਾਹ ਹੁੰਦੀ, ਇਹਨਾਂ ਕੋਲ 4-5 ਤਰ੍ਹਾਂ ਦੀ ਚਾਹਾਂ ਨੇ। ਸਭ ਤੋਂ ਵਧੀਆ ਇਹਨਾਂ ਦੀ ਤੜਕੇ ਵਾਲੀ ਚਾਹ ਹੈ ਜਿਹੜੀ ਮੱਖਣ ਦੇ ਵਿੱਚ ਤੜਕਾ ਲਾ ਕੇ ਦਿੰਦੇ ਨੇ, ਬਦਾਮਾਂ ਦੀ ਚਾਹ ਬਹੁਤ ਟੇਸਟੀ ਹੈ। ਅਕਸਰ ਹੀ ਲੋਕ ਸਵੇਰੇ ਉੱਠ ਕੇ ਸਭ ਤੋਂ ਪਹਿਲੇ ਚਾਹ ਪੀਂਦੇ ਹਨ। ਅਗਰ ਲੋਕ ਬਾਹਰ ਕਿਸੇ ਨੂੰ ਮਿਲਣ ਵੀ ਜਾਂਦੇ ਹਨ ਤਾਂ ਸਭ ਤੋਂ ਪਹਿਲੇ 5-10 ਮਿੰਟ ਬੈਠ ਕੇ ਉਸ ਨਾਲ ਗੱਲਬਾਤ ਕਰਨ ਦੌਰਾਨ ਚਾਹ ਦੀਆਂ ਜਿਹੜੀਆਂ ਚੁਸਕੀਆਂ ਉਹ ਵੀ ਮਾਣਦੇ ਹਨ। ਲੇਕਿਨ ਅੱਜ ਅੰਮ੍ਰਿਤਸਰ ਵਿੱਚ ਤੁਹਾਨੂੰ ਅਜਿਹੀ ਚਾਹ ਦੀ ਦੁਕਾਨ ਦੀ ਦਾਸਤਾਨ ਦੱਸਣ ਜਾ ਰਹੇ ਹਾਂ ਜੋ ਦੇਸ਼ ਆਜ਼ਾਦ ਹੋਣ ਤੋਂ ਵੀ ਪਹਿਲਾਂ ਦੀ ਹੈ। ਤਾਂ ਤਸਵੀਰ ਇੱਕ ਵਾਰ ਤੁਹਾਨੂੰ ਵਿੱਕੀ ਟੀ ਸਟਾਲ ਦੀ ਦਿਖਾ ਦਿੰਦੇ ਹਾਂ। ਅਗਰ ਇਸ ਟੀ ਸਟਾਲ ਦੀ ਗੱਲ ਕੀਤੀ ਜਾਵੇ ਤਾਂ ਇਹ ਟੀ ਸਟਾਲ ਕਿਹਾ ਜਾਂਦਾ ਹੈ ਕਿ 1947 ਤੋਂ ਪਹਿਲਾਂ ਦਾ ਹੈ। ਪਹਿਲਾਂ ਇਹਨਾਂ ਦੇ ਪੁਰਖੇ ਜਿਹੜੇ ਹੈ ਦਾਦੇ ਪੜਦਾਦੇ ਜਿਹੜੇ ਹੈ ਇਸ ਕਾਰੋਬਾਰ ਨੂੰ ਸੰਭਾਲਦੇ ਸੀ, ਫਿਰ ਪੀੜ੍ਹੀ ਦਰ ਪੀੜ੍ਹੀ ਇਹਨਾਂ ਕੋਲ ਕਾਰੋਬਾਰ ਆਇਆ। ਤਾਂ ਇਹਨਾਂ ਦੀ ਚਾਹ ਦੀ ਇੱਕ ਖਾਸੀਅਤ ਹੈ ਕਿ ਇਹ ਜਿਹੜੀ ਚਾਹ ਬਣਾਉਂਦੇ ਹੈ ਗੁਲਾਬ ਦੇ ਫੁੱਲਾਂ ਦੀ ਚਾਹ ਬਣਾਉਂਦੇ ਹੈ। ਤਾਂ ਗੁਲਾਬ ਦੇ ਫੁੱਲ ਜਿਹੜੇ ਆ ਪਾਣੀ 'ਚ ਰੱਖੇ ਹੋਏ ਆ, ਇਸ ਪਾਣੀ ਦੀ ਚਾਹ ਬਣਾਉਂਦੇ ਆ। ਤਾਂ ਨਾਲ ਇਹਨਾਂ ਵੱਲੋਂ ਬਦਾਮਾਂ ਦੀ, ਕੇਸਰ ਦੀ, ਖਸਖਸ ਦੀ ਅਤੇ ਹੋਰ ਕਈ ਤਰ੍ਹਾਂ ਦੀ ਜਿਹੜੀ ਹੈ ਚਾਹ ਹੈ ਉਹ ਇੱਥੇ ਬਣਾਈ ਜਾਂਦੀ ਹੈ। ਤਾਂ ਇਹਨਾਂ ਦੀ ਚਾਹ ਦੀ ਇਹ ਖਾਸੀਅਤ ਹੈ ਕਿ ਸਵੇਰ ਦੇ ਸਮੇਂ ਜਦੋਂ ਲੋਕ ਸੈਰ ਕਰਕੇ ਆਉਂਦੇ ਆ ਤਾਂ ਬਜ਼ੁਰਗ ਜਾਂ ਲੋਕ ਆਪਸ 'ਚ ਗੱਪਸ਼ੱਪ ਮਾਰਨ ਲਈ ਇੱਥੇ ਆ ਕੇ ਚਾਹ ਦੀਆਂ ਚੁਸਕੀਆਂ ਲੈਂਦੇ ਆ। ਤਾਂ ਦੂਸਰੇ ਪਾਸੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ, ਵੱਡੀਆਂ ਵੱਡੀਆਂ ਮਹਿੰਗੀਆਂ ਅਤੇ ਬ੍ਰਾਂਡਡ ਕਾਰਾਂ ਇੱਥੇ ਮੌਜੂਦ ਹੈ ਅਤੇ ਕਾਰਾਂ ਦੇ ਵਿੱਚ ਬੈਠੇ ਲੋਕ ਜਿਹੜੇ ਹੈ ਉਹ ਚਾਹ ਦੀਆਂ ਚੁਸਕੀਆਂ ਜਿਹੜੀਆਂ ਲੈ ਰਹੇ ਆ। ਤਾਂ ਇਹ ਨਹੀਂ ਕਿ ਕੋਈ ਆਮ ਘਰਾਂ ਦੇ ਲੋਕ ਹੋਣਗੇ, ਬਹੁਤ ਵੱਡੇ ਵੱਡੇ ਘਰਾਂ ਦੇ ਅਮੀਰ ਲੋਕ ਜਿਹੜੇ ਆ ਉਹ ਵੀ ਇੱਥੇ ਆ ਕੇ ਸਵੇਰੇ ਇਹਨਾਂ ਦੀ ਚਾਹ ਦਾ ਜਿਹੜਾ ਹੈ ਆਨੰਦ ਮਾਣਦੇ ਆ। ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਗੁਲਾਬ ਦੇ ਫੁੱਲਾਂ ਵਾਲੀ ਚਾਹ ਬਣਾਉਂਦੇ ਆ ਉਹ ਕਾਫੀ ਜਿਹੜੀ ਆ ਸਵਾਦ ਹੁੰਦੀ ਹੈ। ਇਸ ਦੇ ਨਾਲ ਬਦਾਮਾਂ ਦਾ ਜਿਹੜਾ ਹੈ ਚਾਹ ਦੇ ਵਿੱਚ ਜਿਹੜਾ ਪਾਉਂਦੇ ਆ ਤਾਂ ਉਸ ਦੇ ਨਾਲ ਵੀ ਚਾਹ ਦਾ ਇੱਕ ਵੱਖਰਾ ਸਵਾਦ ਜਿਹੜਾ ਆਉਂਦਾ ਹੈ। ਗੱਲਬਾਤ ਅਸੀਂ ਕਰਦੇ ਇਹਨਾਂ ਦੇ ਨਾਲ। ਭਾਅ ਜੀ, ਕੀ ਨਾਮ ਹੈ ਤੁਹਾਡਾ ਅਤੇ ਕਦੋਂ ਤੋਂ ਜਿਹੜੀ ਹੈ ਦੁਕਾਨ ਤੁਹਾਡੀ ਚੱਲ ਰਹੀ ਹੈ? ਮੇਰਾ ਨਾਮ ਵਿੱਕੀ ਜੀ, ਪਹਿਲੇ ਨਮਸਕਾਰ ਤੁਹਾਡੇ ਚੈਨਲ ਦਾ ਜਿਹੜੇ ਤੁਸੀਂ ਸਾਡੇ ਕੋਲ ਆਏ। ਮੇਰਾ ਨਾਮ ਵਿੱਕੀ ਹੈ, ਵਿੱਕੀ ਜੀ ਸਟਾਫ ਦੀ ਦੁਕਾਨ ਦਾ ਨਾਮ ਹੈ। ਇਹ 1945 ਤੋਂ ਸਾਡੇ ਦਾਦਾ ਜੀ ਪਹਿਲਾਂ ਚਲਾ ਰਹੇ ਜੀ, ਫਿਰ ਸਾਡੇ ਪਿਤਾ ਜੀ, ਫਿਰ ਉਹਨਾਂ ਨਾਲ ਮੈਂ ਕੰਮ ਕਰਦਾ। ਚਾਹ ਦੀ ਖਾਸੀਅਤ ਕੀ ਹੁੰਦੀ ਭਾਅ ਜੀ? ਤੁਹਾਡੀ ਚਾਹ 'ਚ ਕੀ ਖਾਸ ਹੁੰਦਾ ਜਿਹੜਾ ਇੰਨੀ ਇੰਨੀ ਦੂਰੋਂ ਲੋਕ ਆਉਂਦੇ ਆ? ਸਾਡੀ ਚਾਹ ਦੀ ਖਾਸੀਅਤ ਇਹ ਹੈ ਕਿ ਅਸੀਂ ਬ੍ਰਾਹਮਣ ਸਵੇਰੇ 3 ਵਜੇ ਉੱਠ ਕੇ ਨਹਾ ਧੋ ਕੇ ਪੂਜਾ ਪਾਠ ਕਰਕੇ ਫਿਰ ਅਸੀਂ ਕੰਮ ਚਾਲੂ ਕਰਦੇ ਹਾਂ। ਦੂਸਰਾ, ਜਿਹੜੀ ਅਸੀਂ ਚਾਹ ਬਣਾਉਂਦੇ ਹਾਂ ਜਿਹੜਾ ਸਾਡਾ ਪਾਣੀ ਹੈ ਜਿਹੜਾ ਇਸਤੇਮਾਲ ਕਰਨਾ ਇਹਦੇ 'ਚ ਅਸੀਂ ਗੰਗਾ ਜਲ, ਗੁਲਾਬ, ਤੁਲਸੀ ਅਤੇ ਹੋਰ ਜਿਹੜੀਆਂ ਚੀਜ਼ਾਂ ਆਪਾਂ ਪਾ ਕੇ ਫਿਰ ਬਣਾਉਂਦੇ ਹਾਂ। ਹੋਰ ਕੀ ਜਿਹੜਾ ਸੇਵਾ ਤੁਸੀਂ ਕਰਦੇ ਜੇ ਚਾਹ? ਹੋਰ ਅਸੀਂ ਸਪੈਸ਼ਲ 3 ਕਿਸਮ ਦੀਆਂ ਚਾਹਾਂ ਬਣਾਈ ਦੀਆਂ। ਇੱਕ ਨੋਰਮਲ ਚਾਹ ਜਿਹੜੀ ਆਮ ਚਾਹ ਉਹ 20 ਰੁਪਏ ਕੱਪ ਹੈ, ਉਹਦੇ ਬਾਅਦ ਦੁੱਧ ਵਾਲੀ ਚਾਹ, ਉਸ ਤੋਂ ਬਾਅਦ ਬਦਾਮ ਵਾਲੀ ਅਤੇ ਤੜਕੇ ਵਾਲੀ ਅਤੇ ਕਾਜੂ ਅੰਜੀਰ ਵਾਲੀ, 3 ਕਿਸਮ ਦੀ ਸਪੈਸ਼ਲ ਚਾਹ। ਜਿਹੜਾ ਤੁਸੀਂ ਚਾਹ ਦੇ ਵਿੱਚ ਗੁਲਾਬ ਦੇ ਫੁੱਲ ਪਾਉਂਦੇ, ਇਹਦਾ ਕੀ ਰੀਜ਼ਨ ਹੈ, ਕੀ ਕਾਰਨ ਕੀ ਹੈ? ਇਹ ਇੱਕ ਪੂਜਾ ਪਾਠ ਸਵੇਰੇ ਅਸੀਂ ਕੀਤੀ ਹੁੰਦੀ ਆਪਣੇ ਘਰ। ਪੂਜਾ ਪਾਠ ਕਰਨ ਤੋਂ ਬਾਅਦ ਅਸੀਂ ਆਪਣਾ ਧਾਰਮਿਕ ਵਿਧੀ ਦੇ ਨਾਲ ਇਹ ਕਾਰਜ ਚਾਲੂ ਕਰੀਦਾ। ਇਹਦੇ ਫਾਇਦੇ ਕੀ ਹੁੰਦੇ ਆ? ਨਹੀਂ, ਧਾਰਮਿਕ ਚੀਜ਼ਾਂ ਦੇ ਬਾਰੇ ਫਾਇਦੇ ਨਹੀਂ ਦੱਸੇ ਜਾਂਦੇ, ਇਹ ਆਪਣੀ ਆਸਥਾ ਅਤੇ ਵਿਸ਼ਵਾਸ ਅਤੇ ਆਪਣੀ ਸੱਚਾਈ ਦੇ ਨਾਲ ਉਹ ਕੰਮ ਨੂੰ ਕਰਨਾ ਹੁੰਦਾ। ਅਤੇ ਕੀ ਮਨ ਨੂੰ ਸ਼ਾਂਤੀ ਮਿਲਦੀ ਜਦੋਂ ਇਸ ਤਰ੍ਹਾਂ ਜਦੋਂ ਅਸੀਂ ਕੋਈ ਕੰਮ ਚੰਗਾ ਕਰਾਂਗੇ, ਸਾਫ ਸੁਥਰਾ ਕਰਾਂਗੇ, ਸਭਨਾਂ ਨੂੰ ਪਸੰਦ ਆਏਗਾ ਔਰ ਆਪਣੇ ਆਪ ਨੂੰ ਪਸੰਦ ਆਏਗਾ। ਚਾਹ ਤੋਂ ਇਲਾਵਾ ਵੀ ਹੋਰ ਇੱਥੇ ਬ੍ਰੈਡ ਸੈਂਡਵਿਚ ਜਾਂ ਕੋਈ ਵੱਖਰੇ ਤਰੀਕੇ ਦੀਆਂ ਚੀਜ਼ਾਂ ਬਣਦੀਆਂ? ਹੋਰ ਅਸੀਂ ਇੱਕ ਪਨੀਰ ਵਾਲਾ ਸੈਂਡਵਿਚ ਬਣਾਈ ਦਾ, ਬੰਦ ਮੱਖਣ ਬਣਾਈ ਦਾ, ਹੋਰ ਸਾਡੀ ਕੌਫੀ ਸਪੈਸ਼ਲ ਹੈ, ਇਹ 3-4 ਚੀਜ਼ਾਂ ਅਸੀਂ ਹੋਰ ਬਣਾਉਂਦੇ ਹਾਂ। ਤਾਂ ਕਿੰਨੇ ਵਜੇ ਸਵੇਰੇ ਗਾਹਕ ਆਉਣਾ ਸ਼ੁਰੂ ਹੋ ਜਾਂਦੇ ਆ ਅਤੇ ਕਿਹੜੇ ਕਿਹੜੇ, ਜਿਸ ਤਰ੍ਹਾਂ ਮੈਂ ਦੇਖਿਆ ਕਾਫੀ ਵੱਡੀਆਂ ਗੱਡੀਆਂ ਇੱਥੇ ਲੱਗੀਆਂ, ਕਾਫੀ ਅਮੀਰ ਘਰਾਣੇ ਦੇ ਲੋਕ ਵੀ ਆ ਕੇ ਤੁਹਾਡੇ ਕੋਲ ਇੱਥੋਂ ਚਾਹ ਪੀਂਦੇ ਆ? ਸਵੇਰੇ 6 ਵਜੇ ਅਸੀਂ ਦੁਕਾਨ ਖੋਲ੍ਹਦੇ ਹਾਂ, 6-6:30 ਵਜੇ ਲਗਭਗ। ਫਿਰ ਉਹ ਸਵੇਰੇ ਜਿੰਨੇ ਵੀ ਸੈਰ ਕਰਨ ਆਉਂਦੇ ਆ, ਆਪਣਾ ਕੰਪਨੀ ਬਾਗ ਸੈਰ ਕਰਨ ਵਾਲੇ, ਉਹ ਸਭ ਅਫਸਰ ਹੋ ਗਏ, ਲੀਡਰ ਹੋ ਗਏ, ਜਿੰਨੇ ਵੀ VIP ਬੰਦੇ ਸੈਰ ਕਰਨ ਲਈ ਆਉਂਦੇ ਹੋ, ਫਿਰ ਉਹ ਤੋਂ ਬਾਅਦ ਇੱਥੇ ਚਾਹ ਪੀਂਦੇ ਆ। ਤਾਂ ਮਜ਼ਾ ਆਉਂਦਾ ਜਦੋਂ ਲੋਕ ਇੰਨੇ ਇੰਨੇ ਵੱਡੇ ਆ ਕੇ
ਜਦੋਂ ਚਾਹ ਪੀ ਕੇ ਜਾਂਦੇ ਤਾਂ ਮਨ ਨੂੰ ਖੁਸ਼ੀ ਮਿਲਦੀ ਹੈ ਇੱਥੇ? ਹਾਂਜੀ ਹਾਂਜੀ, ਬੜੇ ਸਾਲਾਂ ਤੋਂ ਅਸੀਂ ਇਹ ਕੰਮ ਕਰ ਰਹੇ ਹਾਂ। ਜਦੋਂ ਅਸੀਂ ਆਪਣਾ ਕੰਮ ਕਰਦੇ ਹਾਂ ਲੋਕ ਚਾਹ ਪੀਂਦੇ ਆ, ਪ੍ਰਸੰਨ ਹੁੰਦੇ ਆ। ਇਹ ਕੰਮ ਆਪਣੀ ਇਮਾਨਦਾਰੀ ਨਾਲ ਕਰ ਰਹੇ ਹਾਂ ਤਾਂ ਹੀ ਇਹ ਇੰਨੇ ਸਾਲਾਂ ਤੋਂ ਚਾਹ ਵੇਚਦੇ ਪਏ। ਕਿਹਾ ਜਾਂਦਾ ਕਿ ਆਜ਼ਾਦੀ ਤੋਂ ਪਹਿਲੇ ਦੀ ਤੁਹਾਡੀ ਇਹ ਦੁਕਾਨ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਚੱਲਦੀ ਆ ਰਹੀ, ਸੋਚਿਆ ਨਹੀਂ ਕਿ ਕੋਈ ਹੋਰ ਕੰਮ ਕਰਾਂਗੇ ਜਾਂ ਅਗਾਂਹ ਬੱਚੇ ਵੀ ਇਹੀ ਕੰਮ 'ਚ ਪੈਣਗੇ ਜਾਂ ਇੱਥੇ ਪੀੜ੍ਹੀ ਕਦੋਂ? ਅਸੀਂ ਸਭ ਪੜ੍ਹ ਲਿਖ ਕੇ ਇਹ ਕੰਮ ਕੀਤਾ, ਅਸੀਂ ਪੜ੍ਹੇ ਲਿਖੇ ਵੀ ਹੈਗੇ ਹਾਂ ਔਰ ਕੰਮ ਆਪਣੀ ਇਮਾਨਦਾਰੀ ਅਤੇ ਮਿਹਨਤ ਨਾਲ ਕਰਦੇ ਹੋਏ ਸਾਨੂੰ ਰੋਟੀ ਪਾਣੀ ਬਹੁਤ ਵਧੀਆ ਪ੍ਰਾਪਤ ਹੋਇਆ, ਆਪਣੇ ਪਰਿਵਾਰ ਨੂੰ ਪਾਲਿਆ। ਅੱਗੋਂ ਜਿਹੜੇ ਸਾਡੇ ਬੱਚੇ ਉਹ ਪੜ੍ਹ ਲਿਖ ਕੇ ਹੋਰ ਆਪਣੇ ਦੂਸਰੇ ਕੰਮ ਦੇ ਵਿੱਚ ਜਾ ਰਹੇ ਨੇ। ਤਾਂ ਜਿਹੜੀ ਮਿਹਨਤ ਦੇ ਨਾਲ ਹੈ, ਇਹਨਾਂ ਵੱਲੋਂ ਮਿਹਨਤ ਕੀਤੀ ਜਾਂਦੀ ਹੈ ਅਤੇ ਮਿਹਨਤ ਦੇ ਨਾਲ ਇਹ ਆਪਣੀ ਕਿਰਤ ਕਰਦੇ ਆ। ਇਹਨਾਂ ਦਾ ਕਹਿਣਾ ਹੈ ਕਿ ਪੜ੍ਹੇ ਲਿਖੇ ਆ ਲੇਕਿਨ ਪੀੜ੍ਹੀ ਦਰ ਪੀੜ੍ਹੀ ਜਿਹੜਾ ਹੈ ਕੰਮ ਕਾਰ ਇਹ ਕਰਦੇ ਪਏ ਆ। ਇੱਥੇ ਚਾਹ ਪੀਣ ਵਾਲੇ ਲੋਕ ਵੀ ਮੌਜੂਦ ਹੈ, ਗੱਲਬਾਤ ਜਿਹੜੀ ਅਸੀਂ ਕਰਾਂਗੇ ਇਹਨਾਂ ਨਾਲ। ਭਾਅ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਰਿੰਦਰ ਹੈ ਜੀ। ਭਾਅ ਜੀ ਇੱਥੇ ਚਾਹ ਪੀਣ ਆਉਂਦੇ ਜੇ ਰੋਜ਼ਾਨਾ? ਮੈਂ ਲਗਾਤਾਰ 3-4 ਸਾਲ ਹੋ ਗਏ ਇਹਨਾਂ ਨੂੰ ਚਾਹ ਪੀਣ ਡਿਆ। ਮੈਂ ਬੜੀ ਚਾਹਾਂ ਅੰਮ੍ਰਿਤਸਰ 'ਚ ਪੀਤੀਆਂ ਪਰ ਇਹਨਾਂ ਨਾਲ ਦੀ ਚਾਹ ਕੋਈ ਨਹੀਂ ਹੈ। ਲੋਕਾਂ ਨੂੰ ਇੱਕੋ ਤਰ੍ਹਾਂ ਦੀ ਚਾਹ ਹੁੰਦੀ, ਇਹਨਾਂ ਕੋਲ 4-5 ਤਰ੍ਹਾਂ ਦੀ ਚਾਹਾਂ ਨੇ। ਸਭ ਤੋਂ ਵਧੀਆ ਇਹਨਾਂ ਦੀ ਤੜਕੇ ਵਾਲੀ ਚਾਹ ਹੈ, ਜਿਹੜੀ ਮੱਖਣ ਦੇ ਵਿੱਚ ਤੜਕਾ ਲਾ ਕੇ ਦਿੰਦੇ ਨੇ। ਬਦਾਮਾਂ ਦੀ ਚਾਹ ਬਹੁਤ ਟੇਸਟੀ ਹੈ। ਮਤਲਬ ਕਿ ਸਾਡੀ ਸਵੇਰ ਦੀ ਸ਼ੁਰੂਆਤ ਇਹੀ ਵਿੱਕੀ ਸ਼ਾਹ ਜੀ ਤੋਂ ਹੁੰਦੀ ਹੈ। ਵਿੱਕੀ ਟੀ ਸਟਾਲ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਵਾਹ ਤਾਜ, ਅਸੀਂ ਕਹਿੰਦੇ ਵਿੱਕੀ ਸ਼ਾਹ ਜੀ ਵਾਹ। ਤਾਂ ਹੁਣ ਆਦਤ ਬਣ ਗਈ ਹੈ ਰੋਜ਼ ਇੱਥੇ ਜਾ? ਬਿਲਕੁਲ ਆਦਤ ਬਣ ਗਈ ਹੈ। ਹਾਂਜੀ। ਅਤੇ ਇਹ ਦੁਕਾਨ ਬੰਦ ਨਹੀਂ ਹੁੰਦੀ ਕਿਸੇ ਦਿਨ? ਐਤਵਾਰ ਜਿਸ ਤਰ੍ਹਾਂ ਦੁਕਾਨ ਬੰਦ ਹੋ ਜਾਵੇ ਤਾਂ ਫਿਰ ਕੀ ਬਣਦਾ? ਇਹ ਪਹਿਲਾਂ ਇਤਲਾਹ ਦੇ ਦਿੰਦੇ ਨੇ, ਫਿਰ ਆਪਾਂ ਕੋਈ ਨਾ ਕੋਈ ਇੰਤਜ਼ਾਮ ਕਰ ਲੈਂਦੇ ਹਾਂ। ਵੈਸੇ ਕਰਦੇ ਨਹੀਂ ਛੁੱਟੀ ਕੋਈ। ਤਾਂ ਲੋਕ ਜਿਹੜੇ ਆ ਦੂਰੋਂ ਦੂਰੋਂ ਇੱਥੇ ਚਾਹ ਪੀਣ ਵਾਸਤੇ ਜਿਹੜੇ ਆ ਆਉਂਦੇ ਆ, ਤਾਂ ਵਿੱਕੀ ਟੀ ਸਟਾਲ ਦੇ ਨਾਮ 'ਤੇ ਇਹ ਅੰਮ੍ਰਿਤਸਰ ਕੰਪਨੀ ਬਾਗ ਨਜ਼ਦੀਕ ਰੇਲਵੇ ਸਟੇਸ਼ਨ ਲਿੰਕ ਰੋਡ 'ਤੇ ਜਿਹੜਾ ਇਹਨਾਂ ਦਾ ਟੀ ਸਟਾਲ ਬਣਿਆ। ਤਾਂ 1945 ਤੋਂ ਜਿਹੜੀ ਆ ਦੁਕਾਨ ਇਹ ਚੱਲਦੀ ਆ ਰਹੀ ਹੈ। ਪਹਿਲੇ ਇਹਨਾਂ ਦੇ ਦਾਦਾ ਜੀ ਵੱਲੋਂ ਕੀਤੀ ਜਾਂਦੀ ਸੀ, ਫਿਰ ਇਹਨਾਂ ਦੇ ਪਿਤਾ ਜੀ ਵੱਲੋਂ ਇਹ ਦੁਕਾਨ ਕੀਤੀ ਜਾਂਦੀ ਸੀ, ਹੁਣ ਇਹ ਕਾਰੋਬਾਰ ਜਿਹੜਾ ਇਹ ਸਾਂਭ ਰਹੇ ਆ। ਤਾਂ ਕਹਿਣਾ ਇਹਨਾਂ ਦਾ ਇਹੀ ਹੈ ਕਿ ਪੀੜ੍ਹੀ ਦਰ ਪੀੜ੍ਹੀ ਕੰਮ ਚੱਲਦਾ ਆ ਰਿਹਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨਾਂ ਦਾ ਜਿਹੜਾ ਖਾਨਦਾਨੀ ਕੰਮ ਹੈ ਉਹ ਸਾਂਭਣਗੀਆਂ। ਅਤੇ ਪੜ੍ਹੇ ਲਿਖੇ ਜਿਹੜੇ ਇਹ ਲੋਕ ਪੜ੍ਹੇ ਲਿਖੇ ਆ ਅਤੇ ਉਸਦੇ ਬਾਵਜੂਦ ਵੀ ਆਪਣੀ ਪੀੜ੍ਹੀ ਦਰ ਪੀੜ੍ਹੀ ਕੰਮ ਚਲਾ ਰਹੇ ਆ। ਤਾਂ ਕਾਫੀ ਵਧੀਆ ਜਿਹੜੀ ਆ ਚਾਹ ਹੈ ਇਹਨਾਂ ਵੱਲੋਂ ਇੱਥੇ ਬਣਾਈ ਜਾਂਦੀ ਹੈ, ਜਿਸ ਦੇ ਚੱਲਦੇ ਲੋਕ ਸਵੇਰੇ ਜਦੋਂ ਕੰਪਨੀ ਬਾਗ ਸੈਰ ਕਰਨ ਆਉਂਦੇ ਆ ਤਾਂ ਉਦੋਂ ਲੋਕ ਇੱਥੇ ਆ ਕੇ ਚਾਹ ਦੀਆਂ ਚੁਸਕੀਆਂ ਦਾ ਜਿਹੜਾ ਹੈ ਆਨੰਦ ਹੈ ਉਹ ਮਾਣਦੇ ਆ। ਤਾਂ ਲੋਕਾਂ ਦਾ ਕਹਿਣਾ ਹੈ ਕਿ ਬਹੁਤ ਹੀ ਟੇਸਟੀ ਜਿਹੜੀ ਹੈ ਚਾਹ ਇੱਥੇ ਬਣਦੀ ਆ। ਤਾਂ ਲੋਕ ਇੱਥੇ ਕਹਿੰਦੇ ਆ ਕਿ 3-4 ਸਾਲ ਤੋਂ ਲਗਾਤਾਰ ਹੀ ਉਹ ਇੱਥੇ ਚਾਹ ਜਿਹੜਾ ਉਹ ਪੀਣ ਰੋਜ਼ਾਨਾ ਆਉਂਦੇ ਨੇ। ਅਗਰ ਤੁਸੀਂ ਵੀ ਦੇਖਣ ਵਾਲੇ ਸਰੋਤੇ ਵੀ ਅਗਰ ਅੰਮ੍ਰਿਤਸਰ ਦਾ ਗੇੜਾ ਲਾਉਣ ਤਾਂ ਇੱਕ ਵਾਰ ਜ਼ਰੂਰ ਅੰਮ੍ਰਿਤਸਰ ਰੇਲਵੇ ਲਿੰਕ ਰੋਡ ਨਜ਼ਦੀਕ ਕੰਪਨੀ ਬਾਗ ਵਿੱਕੀ ਟੀ ਸਟਾਲ 'ਤੇ ਚਾਹ ਜ਼ਰੂਰ ਪੀ ਕੇ ਜਾਇਓ। ਪ੍ਰਦੀਪ ਕੁਮਾਰ ਦੇ ਨਾਲ ਮੁਕੇਸ਼ ਮਹਿਰਾ, ਓਪਨ ਪੰਜਾਬੀ .com।